ਤੇਗ ਬਹਾਦਰ ਸਿਮਰੀਐ ਕਰਨੋ ਨਿਧਿਆਵੈ ਧਾਏ, ਸਭ ਥਾਈਂ ਹੋਏ ਸਹਾਏ, ਸਭ ਥਾਈਂ ਹੋਏ ਸਹਾਏ। ਜਦ ਵੀ ਸਿੱਖ ਅਰਦਾਸ ਕਰਦਾ ਤਾਂ ਨੌਵੀਂ ਪਾਤਸ਼ਾਹੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜ਼ਿਕਰ ਆਉਂਦਾ ਵਾ। ਅਰਦਾਸ ਦੇ ਵਿੱਚ ਅਸੀਂ ਇਹ ਅਰਦਾਸ ਕਰਦੇ ਹਾਂ ਗੁਰੂ ਤੇਗ ਬਹਾਦਰ ਸਾਹਿਬ। ਗੱਲ ਕਰੀਏ ਉਹਨਾਂ ਦੀ ਸ਼ਹਾਦਤ ਦੀ, ਜਦੋਂ ਮੁਗਲ ਇਸ ਧਰਤੀ ਦੇ ਉੱਤੇ ਹਿੰਦੂਆਂ ਦੇ ਉੱਤੇ ਜ਼ੁਲਮ ਕਰਦਾ ਅਤੇ ਗੁਰੂ ਸਾਹਿਬ ਜ਼ੁਲਮ ਦੇ ਖਿਲਾਫ ਸ਼ਹਾਦਤ ਦਿੰਦੇ ਹੋਏ ਆਪਣਾ ਜਿਹੜਾ ਸੀਸ ਆ ਉਹ ਚਾਂਦਨੀ ਚੌਂਕ ਵਿੱਚ ਕਟਾ ਦਿੰਦੇ ਆ ਅਤੇ ਜ਼ੁਲਮ ਨੂੰ ਠੱਲ ਪੈਂਦੀ ਆ। ਉਹਨਾਂ ਦੇ ਨਾਲ ਹੋਰ ਵੀ ਜਿਹੜੇ ਗੁਰਸਿੱਖ ਸ਼ਹੀਦ ਹੁੰਦੇ ਆ, ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ, ਉਹਨਾਂ ਸਾਰੇ ਸ਼ਹੀਦਾਂ ਦੀ ਯਾਦ ਦੇ ਵਿੱਚ ਅੱਜ ਇਟਲੀ ਦੀ ਰਾਜਧਾਨੀ ਰੋਮ ਦੇ ਨਾਲ ਪੈਂਦੇ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਓ ਵਿਖੇ ਨੌਵੀਂ ਪਾਤਸ਼ਾਹੀ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਕੀਰਤਨ ਦਰਬਾਰ ਕਰਵਾਏ ਗਏ ਨੇ। ਸੰਗਤਾਂ ਦੂਰ ਦੂਰ ਤੋਂ ਚੱਲ ਕੇ ਆਈਆਂ ਨੇ ਅਤੇ ਅਰਦਾਸ ਦੇ ਵਿੱਚ ਜਿਸ ਤਰ੍ਹਾਂ ਮੈਂ ਸ਼ੁਰੂ 'ਚ ਗੱਲ ਕੀਤੀ ਸੀ, ਗੁਰ ਤੇਗ ਬਹਾਦਰ ਸਿਮਰੀਐ ਕਰਨੋ ਨ ਕਰਨੇ ਦੇ ਆਵੇ ਧਾਏ, ਸਭ ਥਾਈਂ ਹੋਏ ਸਹਾਏ। ਆਸ ਆ ਕਿ ਜਿਸ ਤਰ੍ਹਾਂ ਸੰਗਤਾਂ ਦੂਰ ਦੁਰਾਡੇ ਤੋਂ ਚੱਲ ਕੇ ਆਈਆਂ ਅਤੇ ਗੁਰੂ ਤੇਗ ਬਹਾਦਰ ਸਾਹਿਬ ਇਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰਨਗੇ। ਜਦ ਵੀ ਕਿਸੇ 'ਤੇ ਭੀੜ ਪਵੇਗੀ ਤਾਂ ਗੁਰੂ ਸਾਹਿਬ ਹਮੇਸ਼ਾ ਇਹਨਾਂ ਦੇ ਨਾਲ ਖੜ੍ਹੇ ਰਹਿਣਗੇ। ਆਓ ਤੁਹਾਨੂੰ ਲੈ ਚੱਲਦੇ ਹਾਂ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਓ ਅਤੇ ਵਿਖਾਉਂਦੇ ਹਾਂ ਉੱਥੇ ਅੱਠਾ ਮਾਰਦਾ ਸੰਗਤਾਂ ਦਾ ਇੱਕ ਇਕੱਠ, ਜਿੱਥੇ ਕਿ ਸੰਗਤਾਂ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਹੁੰਮ ਹਮਾ ਕੇ ਪਹੁੰਚੀਆਂ ਨੇ। ਆਪਾਂ ਚੱਲਦੇ ਹਾਂ ਇਟਲੀ ਦੀ ਰਾਜਧਾਨੀ ਰੋਮ ਅਤੇ ਵਿਖਾਉਂਦੇ ਹਾਂ ਤੁਹਾਨੂੰ ਉੱਥੋਂ ਦੇ ਲਾਈਵ ਦ੍ਰਿਸ਼। ਗੁਰ ਤੇਗ ਬਹਾਦਰ ਸਿਮਰੀਐ ਕਰਨੋ ਨਿਧਿਆਵੈ ਧਾਏ, ਸਭ ਥਾਈਂ ਹੋਏ ਸਹਾਏ, ਸਭ ਥਾਈਂ ਹੋਏ ਸਹਾਏ। ਜਦ ਵੀ ਸਿੱਖ ਅਰਦਾਸ ਕਰਦਾ ਤਾਂ ਨੌਵੀਂ ਪਾਤਸ਼ਾਹੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜ਼ਿਕਰ ਆਉਂਦਾ ਵਾ। ਅਰਦਾਸ ਦੇ ਵਿੱਚ ਅਸੀਂ ਇਹ ਅਰਦਾਸ ਕਰਦੇ ਹਾਂ ਗੁਰੂ ਤੇਗ ਬਹਾਦਰ ਸਾਹਿਬ। ਗੱਲ ਕਰੀਏ ਉਹਨਾਂ ਦੀ ਸ਼ਹਾਦਤ ਦੀ, ਜਦੋਂ ਮੁਗਲ ਇਸ ਧਰਤੀ ਦੇ ਉੱਤੇ ਹਿੰਦੂਆਂ ਦੇ ਉੱਤੇ ਜ਼ੁਲਮ ਕਰਦਾ ਅਤੇ ਗੁਰੂ ਸਾਹਿਬ ਜ਼ੁਲਮ ਦੇ ਖਿਲਾਫ ਸ਼ਹਾਦਤ ਦਿੰਦੇ ਹੋਏ ਆਪਣਾ ਜਿਹੜਾ ਸੀਸ ਆ ਉਹ ਚਾਂਦਨੀ ਚੌਂਕ ਵਿੱਚ ਕਟਾ ਦਿੰਦੇ ਆ ਅਤੇ ਜ਼ੁਲਮ ਨੂੰ ਠੱਲ ਪੈਂਦੀ ਆ। ਉਹਨਾਂ ਦੇ ਨਾਲ ਹੋਰ ਵੀ ਜਿਹੜੇ ਗੁਰਸਿੱਖ ਸ਼ਹੀਦ ਹੁੰਦੇ ਆ, ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ, ਉਹਨਾਂ ਸਾਰੇ ਸ਼ਹੀਦਾਂ ਦੀ ਯਾਦ ਦੇ ਵਿੱਚ ਅੱਜ ਇਟਲੀ ਦੀ ਰਾਜਧਾਨੀ ਰੋਮ ਦੇ ਨਾਲ ਪੈਂਦੇ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਓ ਵਿਖੇ ਨੌਵੀਂ ਪਾਤਸ਼ਾਹੀ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਕੀਰਤਨ ਦਰਬਾਰ ਕਰਵਾਏ ਗਏ ਨੇ। ਸੰਗਤਾਂ ਦੂਰ ਦੂਰ ਤੋਂ ਚੱਲ ਕੇ ਆਈਆਂ ਨੇ ਅਤੇ ਅਰਦਾਸ ਦੇ ਵਿੱਚ ਜਿਸ ਤਰ੍ਹਾਂ ਮੈਂ ਸ਼ੁਰੂ 'ਚ ਗੱਲ ਕੀਤੀ ਸੀ, ਗੁਰ ਤੇਗ ਬਹਾਦਰ ਸਿਮਰੀਐ ਕਰਨੋ ਨ ਕਰਨੇ ਦੇ ਆਵੇ ਧਾਏ, ਸਭ ਥਾਈਂ ਹੋਏ ਸਹਾਏ। ਆਸ ਆ ਕਿ ਜਿਸ ਤਰ੍ਹਾਂ ਸੰਗਤਾਂ ਦੂਰ ਦੁਰਾਡੇ ਤੋਂ ਚੱਲ ਕੇ ਆਈਆਂ ਅਤੇ ਗੁਰੂ ਤੇਗ ਬਹਾਦਰ ਸਾਹਿਬ ਇਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰਨਗੇ। ਜਦ ਵੀ ਕਿਸੇ 'ਤੇ ਭੀੜ ਪਵੇਗੀ ਤਾਂ ਗੁਰੂ ਸਾਹਿਬ ਹਮੇਸ਼ਾ ਇਹਨਾਂ ਦੇ ਨਾਲ ਖੜ੍ਹੇ ਰਹਿਣਗੇ। ਆਓ ਤੁਹਾਨੂੰ ਲੈ ਚੱਲਦੇ ਹਾਂ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਓ ਅਤੇ ਵਿਖਾਉਂਦੇ ਹਾਂ ਉੱਥੇ ਅੱਠਾ ਮਾਰਦਾ ਸੰਗਤਾਂ ਦਾ ਇੱਕ ਇਕੱਠ, ਜਿੱਥੇ ਕਿ ਸੰਗਤਾਂ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਹੁੰਮ ਹਮਾ ਕੇ ਪਹੁੰਚੀਆਂ ਨੇ। ਆਪਾਂ ਚੱਲਦੇ ਹਾਂ ਇਟਲੀ ਦੀ ਰਾਜਧਾਨੀ ਰੋਮ ਅਤੇ ਵਿਖਾਉਂਦੇ ਹਾਂ ਤੁਹਾਨੂੰ ਉੱਥੋਂ ਦੇ ਲਾਈਵ ਦ੍ਰਿਸ਼।